ਅਸੀਂ ਆਪਣੀ ਪੰਜਾਬੀ ਪਾਠ ਪੁਸਤਕ 8ਵੀਂ ਸ਼੍ਰੇਣੀ ਦੂਜੀ ਭਾਸ਼ਾ ਵਿੱਚੋਂ ਪਾਠ ਨੰਬਰ 2 ਜਿੱਥੇ ਨਾਨੀ ਉੱਥੇ ਨਾਨਕੇ ਪੜ੍ਹਨ ਜਾ ਰਹੇ ਹਾਂ, ਜੋ ਕਿ ਪੰਨਾ ਨੰਬਰ 4 'ਤੇ ਹੈ। ਇਹ ਕਹਾਣੀ ਦਰਸ਼ਨ ਸਿੰਘ ਬਨੂੜ ਜੀ ਦੀ ਲਿਖੀ ਹੋਈ ਹੈ। ਜੋ ਅਸੀਂ ਅੱਜ ਕਹਾਣੀ ਪੜ੍ਹਨ ਜਾ ਰਹੇ ਹਾਂ ਉਹ ਸਹਿਜ ਨਾਂ ਦੇ ਇੱਕ ਬੱਚੇ ਨਾਲ ਸੰਬੰਧਿਤ ਹੈ, ਜਿਸ ਨੂੰ ਕਿ ਗਰਮੀ ਦੀਆਂ ਛੁੱਟੀਆਂ ਹੁੰਦੇ ਸਾਰ ਹੀ ਆਪਣੇ ਨਾਨਕੇ ਘਰ ਜਾਣ ਦੀ ਇੰਨੀ ਜਲਦੀ ਹੁੰਦੀ ਹੈ ਕਿ ਉਹ ਆਪਣਾ ਛੁੱਟੀਆਂ ਦਾ ਕੰਮ 2 ਦਿਨਾਂ ਵਿੱਚ ਹੀ ਖਤਮ ਕਰ ਲੈਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਕਹਾਣੀ ਸਿਰਫ ਸਹਿਜ ਨਾਲ ਸੰਬੰਧਿਤ ਕਹਾਣੀ ਨਹੀਂ, ਸਗੋਂ ਤੁਹਾਡੇ ਵਰਗੇ ਬਹੁਤ ਸਾਰੇ ਬੱਚਿਆਂ ਨਾਲ ਵੀ ਸੰਬੰਧਿਤ ਹੈ, ਜੋ ਆਪਣੇ ਜੀਵਨ ਵਿੱਚ ਸਮੇਂ ਦੀ ਵੰਡ ਕੀਤੇ ਬਿਨਾਂ ਹੀ ਆਪਣਾ ਸਾਰਾ ਕੰਮ ਕਰਦੇ ਹਨ। ਪਿਆਰੇ ਵਿਦਿਆਰਥੀਓ, ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਪਾਠ ਵਿੱਚ ਔਖੇ ਸ਼ਬਦਾਂ ਦੇ ਅਰਥ ਜੋ ਤੁਹਾਨੂੰ ਦੱਸੇ ਜਾਣਗੇ ਉਹਨਾਂ ਨੂੰ ਤੁਸੀਂ ਪੂਰੇ ਧਿਆਨ ਨਾਲ ਸੁਣਨਾ ਹੈ ਅਤੇ ਅਖੀਰ ਵਿੱਚ ਵੀ ਤੁਹਾਨੂੰ ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਦੇ ਖਾਲੀ ਸਥਾਨ ਪੁੱਛੇ ਜਾਣਗੇ, ਜਿਸ ਨੂੰ ਤੁਸੀਂ ਆਪਣੀ ਕਾਪੀ 'ਤੇ ਕਰਨਾ ਹੈ। ਆਓ ਫਿਰ ਪਾਠ ਸ਼ੁਰੂ ਕਰਦੇ ਹਾਂ। ਜਿੱਥੇ ਨਾਨੀ ਉੱਥੇ ਨਾਨਕੇ। ਸਕੂਲ ਵਿੱਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸਨ। ਸਹਿਜ ਪੂਰੇ ਜ਼ੋਰਾਂ ਸ਼ੋਰਾਂ ਨਾਲ ਆਪਣਾ ਛੁੱਟੀਆਂ ਦਾ ਕੰਮ ਮੁਕਾਉਣ ਲੱਗਿਆ ਹੋਇਆ ਸੀ। ਉਹ ਜਲਦੀ ਤੋਂ ਜਲਦੀ ਆਪਣਾ ਸਾਰਾ ਕੰਮ ਮੁਕਾ ਲੈਣਾ ਚਾਹੁੰਦਾ ਸੀ, ਕਿਉਂਕਿ ਉਸ ਨੂੰ ਆਪਣੇ ਨਾਨਕੇ ਘਰ ਜਾਣ ਦੀ ਕਾਹਲੀ ਪਈ ਹੋਈ ਸੀ, ਜਿਸ ਤਰ੍ਹਾਂ ਕਿ ਹਰ ਬੱਚੇ ਨੂੰ ਛੁੱਟੀਆਂ ਹੁੰਦੇ ਸਾਰ ਹੀ ਆਪਣੇ ਨਾਨਕੇ ਘਰ ਜਾਣ ਦੀ ਕਾਹਲੀ ਹੁੰਦੀ ਹੈ, ਜਲਦੀ ਹੁੰਦੀ ਹੈ। ਸਿਮਰਨ ਕਈ ਵਾਰ ਉਸ ਨੂੰ ਟੋਕਦੀ ਹੋਈ ਕਹਿੰਦੀ, ਸਹਿਜ ਵੀਰੇ, ਇੱਦਾਂ ਨਹੀਂ ਕਰੀਦਾ ਕਿ ਛੁੱਟੀਆਂ ਦਾ ਸਾਰਾ ਕੰਮ ਇੱਕੋ ਦਿਨ ਵਿੱਚ ਨਿਬੇੜ ਦਈਏ, ਖਤਮ ਕਰ ਦਈਏ। ਇਹ ਤਾਂ ਹਰ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਮੁਕਾਉਣਾ ਹੁੰਦਾ ਹੈ। ਸਿਮਰਨ, ਸਹਿਜ ਦੀ ਵੱਡੀ ਭੈਣ, ਟੋਕਦੀ ਹੋਈ ਉਸ ਦੀ ਗੱਲ ਨੂੰ ਕੱਟਦੀ ਹੋਈ ਕਹਿੰਦੀ ਕਿ ਛੁੱਟੀਆਂ ਦਾ ਕੰਮ 1-2 ਦਿਨਾਂ ਵਿੱਚ ਨਹੀਂ ਖਤਮ ਕਰਨਾ ਚਾਹੀਦਾ, ਸਗੋਂ ਇਹ ਥੋੜ੍ਹਾ ਥੋੜ੍ਹਾ ਕਰਕੇ ਮੁਕਾਉਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਹਰ ਇੱਕ ਭੈਣ ਆਪਣੇ ਭਰਾ ਨੂੰ ਸਮਝਾਉਂਦੀ ਹੈ। ਸਹਿਜ ਨੇ ਸਿਮਰਨ ਦੀ ਗੱਲ ਨੂੰ ਅਣਗੋਲਿਆਂ ਕਰਦਿਆਂ ਹੋਇਆ ਕਿਹਾ, ਬਸ ਆਪਣਾ ਤਾਂ 2 ਕਾਪੀਆਂ ਦਾ ਕੰਮ ਰਹਿ ਗਿਆ ਹੈ, ਉਹ ਵੀ ਅੱਜ ਸ਼ਾਮ ਤੱਕ ਨਿਬੇੜ ਦੇਣਾ ਹੈ, ਫਿਰ ਆਪਾਂ ਵਿਹਲੇ। ਸਿਮਰਨ ਸਹਿਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਉਸ ਨੂੰ ਤਾਂ ਕੰਮ ਮੁਕਾਉਣ ਦੀ ਕਾਹਲੀ ਸੀ। ਸਹਿਜ ਨੇ 2 ਦਿਨਾਂ ਵਿੱਚ ਹੀ ਆਪਣਾ ਕੰਮ ਨਿਬੇੜ ਕੇ ਸਕੂਲ ਬੈਗ ਕਿੱਲੀ ਉੱਤੇ ਟੰਗ ਦਿੱਤਾ। ਜਿਸ ਤਰ੍ਹਾਂ ਕਿ ਹਰ ਭਰਾ ਆਪਣੀ ਭੈਣ ਦੀ ਗੱਲ ਨੂੰ ਅਣਗੋਲਿਆ ਅਣਸੁਣੀ ਕਰਦਾ ਹੈ ਅਤੇ ਆਪਣੀ ਮਰਜ਼ੀ ਕਰਦਾ ਹੋਇਆ ਗੱਲ ਕਰਦਾ ਹੈ, ਇਸ ਤਰ੍ਹਾਂ ਹੀ ਸਹਿਜ ਨੇ ਵੀ ਸਿਮਰਨ ਨੂੰ ਗੱਲ ਕਰਦਿਆਂ ਹੋਇਆ ਕਿਹਾ। ਸਿਮਰਨ ਨੇ ਸਮਾਂ ਸਾਰਨੀ ਸਮੇਂ ਦੀ ਵੰਡ ਕਰਕੇ ਆਪਣਾ ਸਾਰਾ ਕੰਮ ਸ਼ੁਰੂ ਕੀਤਾ। ਉਹ ਹਰ ਰੋਜ਼ ਹਰ ਵਿਸ਼ੇ ਦਾ 1/2 ਘੰਟਾ ਲਾ ਕੇ ਕੰਮ ਕਰਦੀ, ਕਿਉਂਕਿ ਸਿਮਰਨ ਬਹੁਤ ਸਮਝਦਾਰ ਕੁੜੀ ਸੀ ਅਤੇ ਉਸਨੇ ਆਪਣੇ ਹਰ ਸਬਜੈਕਟ ਦਾ ਇੱਕ ਟਾਈਮ ਟੇਬਲ ਬਣਾ ਲਿਆ ਸੀ। ਮੰਮੀ, ਮੇਰਾ ਕੰਮ ਖਤਮ ਹੋ ਗਿਆ ਹੈ, ਹੁਣ ਆਪਾਂ ਕਦੋਂ ਜਾਣਾ ਹੈ ਨਾਨਕੇ? ਸਹਿਜ ਨੇ ਆਪਣੀ ਮੰਮੀ ਦੇ ਲਾਗੇ ਬੈਠਦਿਆਂ ਕਿਹਾ, ਜਿਵੇਂ ਹਰ ਬੱਚਾ ਪਿਆਰ ਨਾਲ ਆਪਣੀ ਮਾਂ ਨੂੰ ਮਨਾਉਂਦਾ ਹੈ। ਸਹਿਜ, ਇਸ ਵਾਰ ਗਰਮੀ ਬਹੁਤ ਹੈ, ਆਰਾਮ ਨਾਲ ਘਰ ਬੈਠੋ, ਨਾਲੇ ਪਿੰਡ ਕਿੰਨਾ ਚਿਰ ਬਿਜਲੀ ਨਹੀਂ ਆਉਂਦੀ। ਹਾਂ ਸੱਚ, ਨਾਲੇ ਸਿਮਰਨ ਕਹਿੰਦੀ ਸੀ ਕਿ ਤੂੰ ਸਾਰੇ ਮਹੀਨੇ ਦਾ ਸਕੂਲ ਦਾ ਕੰਮ 2 ਦਿਨਾਂ ਵਿੱਚ ਹੀ ਨਿਬੇੜ ਦਿੱਤਾ ਹੈ। ਛੁੱਟੀਆਂ ਦਾ ਇਹ ਮਤਲਬ ਨਹੀਂ ਹੁੰਦਾ ਕਿ 2 ਦਿਨਾਂ ਵਿੱਚ ਹੀ ਛੁੱਟੀਆਂ ਦਾ ਸਾਰਾ ਕੰਮ ਨਿਬੇੜ ਲਵੋ ਅਤੇ ਬਾਕੀ ਸਾਰਾ ਮਹੀਨਾ ਵਿਹਲੇ ਰਹੋ। ਥੋੜ੍ਹਾ ਥੋੜ੍ਹਾ ਕੰਮ ਹਰ ਰੋਜ਼ ਕਰਨਾ ਹੁੰਦਾ ਹੈ ਤਾਂ ਕਿ ਪੜ੍ਹਾਈ ਵਿੱਚ ਲਗਾਤਾਰ ਰੁਚੀ ਦਿਲਚਸਪੀ ਬਣੀ ਰਹੇ, ਸਹਿਜ ਦੀ ਮੰਮੀ ਨੇ ਉਸਨੂੰ ਸਮਝਾਉਂਦਿਆਂ ਹੋਇਆ ਕਿਹਾ, ਜਿਸ ਤਰ੍ਹਾਂ ਕਿ ਹਰ ਮਾਂ ਆਪਣੇ ਬੱਚੇ ਨੂੰ ਗੱਲ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ, ਇਸੇ ਤਰ੍ਹਾਂ ਹੀ ਸਹਿਜ ਦੀ ਮੰਮੀ ਨੇ ਉਸਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਕੰਮ ਲਗਾਤਾਰ
हौली हौली सानू करना चाहिदा है। मम्मी इस नूं समझाउण दा कोई फायदा नहीं, फायदा लाभ। सिमरन ने अपनी मम्मी कोलों सवाल समझन लग्या कहा, जिस तरह कि हर वड्डी भैन अपने भरा बारे कहती है। सहज नानके जाण लई तरलो मच्छी हो रहा सी। ਉਹ ਕਦੇ ਆਪਣੀ ਮੰਮੀ ਦੀਆਂ ਮਿੰਨਤਾਂ ਅਤੇ ਕਦੇ ਆਪਾਂ ਨੇ ਪਾਪਾ ਦੇ ਤਰਲੇ ਕਰਦਾ। ਪਾਪਾ ਪਲੀਜ਼ ਮੈਨੂੰ ਨਾਨਕੇ ਛੱਡ ਆਓ, ਮੈਂ ਆਪਣਾ ਛੁੱਟੀਆਂ ਦਾ ਕੰਮ ਵੀ ਮੁਕਾ ਲਿਆ ਹੈ। ਸਹਿਜ ਨੇ ਪਾਪਾ ਨੂੰ ਲਾਡ ਨਾਲ ਕਿਹਾ, ਲਾਡ ਨਾਲ ਪਿਆਰ ਨਾਲ ਕਿਹਾ, ਪਿਆਰੇ ਵਿਦਿਆਰਥੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਤੁਸੀਂ ਵੀ ਆਪਣੀ ਮੰਮੀ ਪਾਪਾ ਨੂੰ ਬੜੇ ਹੀ ਲਾਡ ਪਿਆਰ ਨਾਲ ਆਪਣੀ ਗੱਲ ਮਨਾਉਣ ਲਈ ਉਹਨਾਂ ਨੂੰ ਮਿੰਨਤਾਂ ਕਰਦੇ ਹੋ, ਉਹਨਾਂ ਨੂੰ ਕਹਿੰਦੇ ਹੋ। ਅਤੇ ਇਸ ਤਰ੍ਹਾਂ ਹੀ ਸਹਿਜ ਨੇ ਵੀ ਆਪਣੀ ਮੰਮੀ ਪਾਪਾ ਨੂੰ ਬੜੇ ਹੀ ਲਾਡ ਅਤੇ ਪਿਆਰ ਨਾਲ ਨਾਨਕੇ ਪਿੰਡ ਜਾਣ ਬਾਰੇ ਕਿਹਾ। ਨਹੀਂ ਨਹੀਂ, ਇਸ ਵਾਰ ਕਿਤੇ ਨਹੀਂ ਜਾਣਾ। ਪਿਛਲੀ ਵਾਰ ਜਦੋਂ ਤੂੰ ਨਾਨਕੇ ਗਿਆ ਸੀ ਤਾਂ ਕੋਠੇ ਤੋਂ ਡਿੱਗ ਕੇ ਬਾਂਹ ਤੁੜਵਾ ਲਈ ਸੀ, ਯਾਦ ਹੈ ਕਿ ਨਾ? ਇੱਕ ਮਹੀਨਾ ਬੈਠਾ ਰਿਹਾ ਸੀ ਮੰਜੇ 'ਤੇ। ਸਹਿਜ ਦੇ ਪਾਪਾ ਨੇ ਉਸ ਨੂੰ ਘੂਰਦਿਆਂ ਕਿਹਾ, ਨਹੀਂ ਪਾਪਾ ਪਲੀਜ਼, ਇਸ ਵਾਰ ਸ਼ਰਾਰਤਾਂ ਨਹੀਂ ਕਰਾਂਗਾ। ਸਹਿਜ ਨੇ ਆਪਣੀ ਮੰਮੀ ਵੱਲ ਵੇਖਦਿਆਂ ਕਿਹਾ। ਸਹਿਜ ਦੇ ਪਾਪਾ ਨੇ ਉਸ ਨੂੰ ਗੁੱਸੇ ਦੀ ਨਜ਼ਰ ਨਾਲ ਦੇਖਦਿਆਂ ਹੋਇਆ ਮਨਾ ਹੋਇਆ ਕਰਦਿਆਂ ਹੋਇਆ ਕਿਹਾ ਕਿ ਇਸ ਵਾਰ ਉਸਨੇ ਨਾਨਕੇ ਨਹੀਂ ਜਾਣਾ, ਕਿਉਂਕਿ ਜਦੋਂ ਉਹ ਪਿਛਲੀ ਵਾਰ ਗਿਆ ਸੀ ਤਾਂ ਉਸਨੇ ਬਾਂਹ ਤੁੜਵਾ ਲਈ ਸੀ। ਸਿਮਰਨ ਪਾਪਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ। ਉਹ ਹੈ ਵੀ ਬੜੀ ਸਿਆਣੀ ਸੀ, ਸਹਿਜ ਵਾਂਗ ਹਰ ਗੱਲ 'ਤੇ ਜਿੱਦ ਨਹੀਂ ਸੀ ਕਰਦੀ। ਮੰਮੀ ਇਸ ਵਾਰ ਆਪਾਂ ਨਾਨੀ ਜੀ ਨੂੰ ਆਪਣੇ ਕੋਲ ਹੀ ਲੈ ਆਉਂਦੇ ਹਾਂ, ਉਸਨੇ ਆਪਣੀ ਮੰਮੀ ਨੂੰ ਸਲਾਹ ਦਿੰਦਿਆਂ ਹੋਇਆ ਕਿਹਾ। ਨਾਲੇ ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ, ਹਸਪਤਾਲ ਵਿੱਚੋਂ ਉਹਨਾਂ ਦੇ ਟੈਸਟ ਕਰਾ ਦੇਵਾਂਗੇ, ਟੈਸਟ ਜਾਂਚ ਕਰਾ ਦੇਵਾਂਗੇ। ਸਿਮਰਨ ਨੇ ਆਪਣੀ ਮੰਮੀ ਨਾਲ ਰਸੋਈ ਦੇ ਕੰਮ ਵਿੱਚ ਹੱਥ ਵਟਾਉਂਦਿਆਂ ਕਿਹਾ, ਠੀਕ ਹੈ ਆਪਾਂ ਤੇਰੇ ਪਾਪਾ ਨਾਲ ਗੱਲ ਕਰਾਂਗੇ, ਸਿਮਰਨ ਦੀ ਮੰਮੀ ਨੇ ਕਿਹਾ। ਰਾਤੀ ਖਾਣੇ ਦੇ ਮੇਜ਼ ਦੁਆਲੇ ਬੈਠਦਿਆਂ ਸਹਿਜ ਦੇ ਪਾਪਾ ਨੇ ਕਿਹਾ, ਸਿੰਮੀ ਕੀ ਗੱਲ, ਅੱਜ ਸਹਿਜ ਦਾ ਮੂਡ ਠੀਕ ਨਹੀਂ ਲੱਗਦਾ। ਹਾਂ ਪਾਪਾ, ਅੱਜ ਇਹਨੇ ਦੁਪਹਿਰ ਵੀ ਖਾਣਾ ਨਹੀਂ ਖਾਧਾ, ਬਸ ਨਾਨਕੇ ਜਾਣ ਦੀ ਜਿੱਦ ਫੜੀ ਹੋਈ ਹੈ, ਸਿਮਰਨ ਨੇ ਪਾਪਾ ਨੂੰ ਖਾਣਾ ਪਰੋਸਦਿਆਂ ਹੋਇਆ ਕਿਹਾ। ਹਾਂ ਸੱਚ ਪਾਪਾ, ਮੈਂ ਅਤੇ ਮੰਮੀ ਨੂੰ ਇਹ ਸਲਾਹ ਕੀਤੀ ਹੈ ਕਿ ਇਸ ਵਾਰ ਅਸੀਂ ਨਾਨੀ ਜੀ ਨੂੰ ਆਪਣੇ ਕੋਲ ਹੀ ਲੈ ਆਉਂਦੇ ਹਾਂ, ਨਾਲੇ ਉਹਨਾਂ ਨੂੰ ਦਵਾਈ ਵੀ ਦਵਾ ਦੇਵਾਂਗੇ। ਪਿਆਰੇ ਵਿਦਿਆਰਥੀਓ, ਜੈਸਾ ਕਿ ਤੁਸੀਂ ਜਾਣਦੇ ਹੋ, ਜਦੋਂ ਤੁਹਾਡੀ ਮਨ ਦੀ ਖੁਆਇਸ਼ ਪੂਰੀ ਨਹੀਂ ਹੁੰਦੀ ਤਾਂ ਤੁਹਾਡੇ ਵੀ ਮੰਮੀ ਪਾਪਾ ਤੁਹਾਡੀ ਮਨ ਦੀ ਉਦਾਸੀ ਨੂੰ ਪਹਿਚਾਣ ਲੈਂਦੇ ਹਨ। ਇਸ ਤਰ੍ਹਾਂ ਹੀ ਕਹਾਣੀ ਵਿੱਚ ਵੀ ਸਹਿਜ ਦੇ ਪਾਪਾ ਨੇ ਸਹਿਜ ਦੀ ਮਨ ਦੀ ਉਦਾਸੀ ਨੂੰ ਉਸੇ ਵਕਤ ਹੀ ਪਹਿਚਾਣ ਲਿਆ। ਠੀਕ ਹੈ ਪੁੱਤਰ, ਤੁਸੀਂ ਕੱਲ੍ਹ ਹੀ ਚਲੇ ਜਾਓ, ਨਾਲੇ ਸਹਿਜ ਦੀ ਜਿੱਦ ਵੀ ਪੂਰੀ ਹੋ ਜਾਵੇਗੀ। ਨਾਨਕੇ ਜਾਣ ਦੀ ਗੱਲ ਸੁਣਦੇ ਸਾਰ ਹੀ ਸਹਿਜ ਨੂੰ ਚਾਅ ਚੜ੍ਹ ਗਿਆ। ਅਗਲੀ ਸਵੇਰ ਸਹਿਜ ਅਤੇ ਸਿਮਰਨ ਆਪਣੀ ਮੰਮੀ ਨਾਲ ਨਾਨਕੇ ਘਰ ਪਹੁੰਚ ਗਏ। ਸਹਿਜ ਅਤੇ ਸਿਮਰਨ ਨੂੰ ਆਏ ਵੇਖ ਕੇ ਉਸਦੀ ਨਾਨੀ ਬਹੁਤ ਖੁਸ਼ ਹੋਈ। ਉਸਨੇ ਬੱਚਿਆਂ ਦਾ ਸਿਰ ਪਲੋਸਦਿਆਂ ਗੋਦੀ ਵਿੱਚ ਬਿਠਾ ਲਿਆ, ਸਿਰ ਪਲੋਸਦਿਆਂ ਸਿਰ ਉੱਤੇ ਹੱਥ ਫੇਰ ਕੇ ਪਿਆਰ ਦਿੰਦਿਆਂ ਹੋਇਆ, ਨਾਨੀ ਬਿੱਲੂ ਅਤੇ ਰੋਜੀ ਕਿੱਥੇ ਨੇ? ਸਹਿਜ ਨੇ ਕਮਰਿਆਂ 'ਚ ਘੁੰਮ ਕੇ ਦੇਖਣ ਤੋਂ ਬਾਅਦ ਨਾਨੀ ਕੋਲੋਂ ਪੁੱਛਿਆ। ਬਿੱਲੂ ਅਤੇ ਰੋਜੀ ਉਸਦੇ ਮਾਮੇ ਦੇ ਬੱਚੇ, ਪੰਨਾ ਨੰਬਰ 6। ਪੁੱਤਰ ਉਹ ਵੀ ਕੱਲ੍ਹ ਦੇ ਆਪਣੇ ਨਾਨਕੇ ਗਏ ਹੋਏ ਨੇ, ਜਿਵੇਂ ਤੂੰ ਆਪਣੇ ਨਾਨਕੇ ਆਇਆ ਹੈ, ਨਾਨੀ ਨੇ ਗੱਲ ਨੂੰ ਸਮਝਾਇਆ। ਤੁਸੀਂ ਬੈਠੋ, ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ, ਨਾਨੀ ਨੇ ਕਿਹਾ। ਸਹਿਜ ਦੇ ਮੰਮੀ ਵੀ ਉਸ ਦੀ ਨਾਨੀ ਨਾਲ ਹੀ ਰਸੋਈ ਵਿੱਚ ਚਲੇ ਗਏ। ਸਹਿਜ ਰਿਮੋਟ ਫੜ ਕੇ ਟੈਲੀਵਿਜ਼ਨ ਮੂਹਰੇ ਬੈਠ ਗਿਆ। ਟੈਲੀਵਿਜ਼ਨ ਚੱਲਦਾ ਨਾ ਵੇਖ ਕੇ ਉਸਨੇ ਆਵਾਜ਼ ਮਾਰਦਿਆਂ ਕਿਹਾ, ਨਾਨੀ ਜੀ ਆਹ ਟੈਲੀਵਿਜ਼ਨ ਕਿਉਂ ਨਹੀਂ ਚੱਲਦਾ? ਪੁੱਤਰ ਰਾਤ ਦੀ ਬਿਜਲੀ ਹੀ ਨਹੀਂ ਆਈ, ਤੂੰ ਚਿੰਤਾ ਨਾ ਕਰ, ਆ ਜਾਂਦੀ ਏ। ਹੁਣੇ ਤੇਰੇ ਮਾਮਾ ਜੀ ਕਹਿ ਰਹੇ ਸੀ ਕਿ ਠੀਕ ਕਰ ਰਹੇ ਨੇ, ਰਸੋਈ ਵਿੱਚੋਂ ਬੋਲਦਿਆਂ ਸਹਿਜ ਦੀ ਨਾਨੀ ਨੇ ਕਿਹਾ। ਨਾ ਟੈਲੀਵਿਜ਼ਨ, ਨਾ ਕੰਪਿਊਟਰ ਅਤੇ ਨਾ ਖੇਡਣ ਲਈ ਬਿੱਲੂ ਅਤੇ ਰੋਜੀ, ਸਹਿਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਇੱਕ ਦਿਨ ਵਿੱਚ ਹੀ ਮੱਠਾ ਪੈ ਗਿਆ, ਢਿੱਲਾ ਪੈ ਗਿਆ। ਅਗਲੀ ਸਵੇਰ ਉਹ ਨਾਨੀ ਨੂੰ ਨਾਲ ਲੈ ਕੇ ਆਪਣੇ ਘਰ ਆ ਗਏ।
पापा इनू समझाओ जेड़ा काम इन्हें दो दिनां विच ही खत्म कर लिया है, हुण हर रोज़ थोड़ी थोड़ी दोहराई करे, दोहराई डिवीजन करे। सिमरन ने स्कूल बैग चुक के नानी कोल बैठदियां कहा, जिवें कि हर वड्डी भैन अपने छोटे भरा नूं समझाउण लई कहिंदी है। हाँ बई सहज, जिस तरह दीदी कहिंदी है उस तरह कर, सहज दे पापा ने थोड़ा सख्त हुंदिया कहा। ठीक है पापा, सहज बोलिया। हुण सिमरन स्कूल दा काम करदी अते सहज कोल बैठ के कीते होए काम दी दोहराई करदा। राती दोवें भैन भरा कहानी सुनन लई नानी दे दुआले हो जांदे अते देर रात तक कहानियां सुनदे रहिंदे। कदे कदे सिमरन सहज नूं चिड़ाउण खिजाउण लई खातर आखदी, हाँ वीरे हुण दस जाना नानके। सहज हस के बोलदा, जिथे नानी उथे नानके। प्यारे विद्यार्थी, दरअसल सानू कहानी तो यह सिक्ख्या मिलती है कि सानू हमेशा अपने वड्डियां दा कहना मनना चाहिदा है, ते कोई भी काम करन तो पहला सानू अपनी जिंदगी विच निजम बना के, समां सारनी बना के काम करना चाहिदा है। अते कहानीकार ने इस कहानी विच ये भी दसन दा जतन कीता है कि नानी जिथे भी मौजूद होवे उत्थे ही नानके घर रहन दा स्वाद आउंदा है। ते उंज साडे सभ्याचार दा अर्थ है कि नानी जिस पुत दे घर रहिंदी होवे उत्थे ही नानके घर हुंदे हन। प्यारे विद्यार्थियों, हुण असीं पाठ अभ्यास वास्ते प्रश्न पढ़ांगे जिन्हां दे उत्तर तुसीं अपनी कापी उत्ते लिखने हन। प्रश्न नंबर एक, सहज नूं कित्थे जाण दी काली पई होई सी। प्रश्न नंबर दो, स्कूल विच किस महीने दियां छुट्टियां होईयां सन। प्रश्न नंबर तीन, नानी पिंड टैलीविज़न क्यों नहीं सी चल रहा। प्रश्न नंबर चार, सहज दी भैन दा की नां सी। प्रश्न नंबर पांच, सहज ने नानके पिंड जा के की तुड़ा लई सी। प्यारे विद्यार्थियों, उस तो बाद औखे शब्दों के अर्थ जो तुहानू पाठ विच दसे गए सी। नंबर एक ते है टोक दी, नंबर दो ते समा सारनी, नंबर तीन रुचि, नंबर चार लाट, नंबर पांच फायदा। उस तो बाद खाली स्थान भरो। पिंड विच सहज नूं डैश दी घाट महसूस होई, दोनों शब्दों विचों एक सही शब्द चुन के खाली स्थान ते भरना है। नंबर दो, सहज ने नानके घर जाके डैश तुड़वा ली। सही शब्द चुन के खाली स्थान ते भरो। धन्यवाद।